ਉਹ ਖੜੀ ਹੈਗੀ ਆਪਣੀ ਫਲਾਈਟ ਤੇ ਆਪਾਂ ਪਹੁੰਚ ਚੁੱਕੇ ਹੈਗੇ ਆ। ਹੈਲੋ ਸੋ ਵੈਲਕਮ ਬੈਕ ਟੂ ਅਨਦਰ ਵਲੌਗ। ਸੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਫਰਾਂਸ। ਆਪਾਂ ਖੜੇ ਹੋਏ ਹਾਂ ਏਅਰਪੋਰਟ ਟਰਮੀਨਲ 2 ਲਿਸਬੋਆ ਦੇ ਵਿੱਚ। ਸੋ ਤੁਸੀਂ ਦੇਖ ਸਕਦੇ ਹੋ ਚੈੱਕ ਇਨ ਵਾਲਾ ਚੈੱਕ ਇਨ ਹੋ ਰਿਹਾ ਹੈਗਾ, ਉਸ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਾਂਗੇ ਫਰਾਂਸ। ਸੋ ਚੈੱਕ ਇਨ ਮੇਰੇ ਖਿਆਲ ਨਾਲ ਹੋ ਚੁੱਕਾ ਹੈ, ਆਵਾਜ਼ਾਂ ਪੈਣ ਲੱਗ ਗਈਆਂ ਨੇ। ਗੇਟ 'ਤੇ ਹੋਏ, ਗੇਟ 'ਤੇ ਆਪਾਂ ਖੜੇ ਹੋਏ ਹਾਂ ਅਤੇ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ। ਚਲੋ ਲਾਈਨ 'ਚ ਲੱਗੇ ਹੋਏ ਹਾਂ, ਬੋਰਡਿੰਗ ਚੱਕ ਲਈਏ ਕਿਉਂਕਿ ਔਨਲਾਈਨ ਕਰ ਲਈ ਸੀਗੀ ਚੈੱਕ ਇਨ, ਇੱਕ ਅੱਧਾ ਬੈਗ ਸੀਗਾ ਜਿਹੜਾ ਦੇਣਾ ਸੀਗਾ। ਸੋ ਹੁਣ ਆਪਾਂ ਬੋਰਡਿੰਗ ਕਰ ਰਹੇ ਹੈਗੇ, ਤੁਸੀਂ ਦੇਖ ਸਕਦੇ ਹੋ ਫਰਾਂਸ ਆਵਾਜ਼ਾਂ ਮਾਰਦਾ ਤੁਹਾਡੇ ਵੀਰ ਨੂੰ, ਅਤੇ ਚੱਲੀਏ ਲੈ ਕੇ ਤੁਹਾਨੂੰ। ਚਲੋ ਹੁਣ ਤੋਂ ਬਾਅਦ ਵੀ ਦੇਖ ਸਕਦੇ ਹੋ ਸਿਕਿਉਰਿਟੀ ਪਿੱਛੇ ਹੋ ਰਹੀ ਹੈਗੀ ਆ। ਸੋ ਸਿਕਿਉਰਿਟੀ ਹੋਣ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਗੇਟ ਵੱਲ, ਉੱਥੇ ਖੜਾ ਹੋਊਗਾ ਆਪਣਾ ਜਹਾਜ਼, ਆਪਣਾ ਪਲੇਨ, ਆਪਣਾ ਸਾਧਨ ਜਿਹੜਾ ਕਿ ਆਪਾਂ ਨੂੰ ਫਰਾਂਸ ਲੈ ਕੇ ਜਾਊਗਾ। ਸੋ ਤੁਸੀਂ ਦੇਖ ਸਕਦੇ ਹੈ ਕਿਉਂਕਿ ਸਿਕਿਉਰਿਟੀ ਹੋ ਰਹੀ ਹੈ। ਪਹਿਲਾਂ ਤਾਂ ਮੈਂ ਕੈਮਰਾ ਔਨ ਨਹੀਂ ਕਰਦਾ ਹੁੰਦਾ ਸੀਗਾ, ਬਟ ਥੋੜ੍ਹਾ ਜਿਹਾ ਯੂਰੋਪੀਅਨ ਨੂੰ ਬੰਦੇ ਨੂੰ ਫਾਇਦਾ ਹੋ ਜਾਂਦਾ ਇਸ ਗੱਲ ਦਾ। ਸੋ ਹੁਣ ਥੋੜ੍ਹਾ ਮੋਟਾ ਚਿੱਲ ਹੋ ਰਹੀ ਹੈਗੀ ਏਅਰਪੋਰਟ 'ਤੇ, ਅਤੇ ਤੁਹਾਨੂੰ ਸਾਰਾ ਕੁਛ ਅੱਜ ਇੱਦਾਂ ਹੀ ਸਫ਼ਰ ਦਿਖਾਵਾਂਗੇ। ਚਲੋ ਸੋ ਹੁਣ ਆਪਾਂ ਡਿਊਟੀ ਫਰੀ ਦੇ ਵਿੱਚ ਫਿਰਦੇ ਹਾਂ, ਤੁਸੀਂ ਦੇਖ ਸਕਦੇ ਹੋ। ਓ ਮਾਈ ਗਾਡ, ਜਦੋਂ ਵੀ ਆਈਦਾ ਇੱਥੇ ਤਾਂ ਦਿਲ ਬਾਗੋ ਬਾਗ ਹੋ ਜਾਂਦਾ, ਕਿਉਂਕਿ ਪ੍ਰਾਈਜ਼ ਆ ਅਤੇ ਕੀ ਕਹਿੰਦੇ ਆ ਵਰਾਇਟੀਆਂ ਬਹੁਤ ਨੇ। ਸੋ ਕਾਫੀ ਵਧੀਆ ਬਣਿਆ ਹੋਇਆ ਕਾਫੀ, ਜਦੋਂ ਆਪਾਂ ਚੈੱਕ ਕਰੀਏ ਕਿਉਂਕਿ ਟਾਈਮ ਆਪਣੇ ਕੋਲ ਬਣਿਆ ਹੋਇਆ ਘੱਟ। ਸੋ ਲੈ ਕੇ ਚੱਲਦੇ ਤੁਹਾਨੂੰ। ਚਲੋ ਕਰਨ ਤੋਂ ਬਾਅਦ ਡਿਊਟੀ ਫਰੀ ਚੋਂ ਤੇ ਹੁਣ ਆਪਾਂ ਚੱਲੇ ਹੈਗੇ ਹਾਂ ਗੇਟ ਵਾਹ, ਗੇਟ ਵਾਜਾ ਮਾਰਨ ਲੱਗ ਗਿਆ, ਸੋ ਗੇਟ ਨੰਬਰ ਸ਼ੋ ਹੋਣ ਲੱਗ ਗਿਆ ਹੈਗਾ। ਹੈ ਗਿਆ, ਕੌਫੀਆਂ ਆਪਣੀਆਂ ਆ ਚੁੱਕੀਆਂ ਹੈਗੀਆਂ। ਸੋ ਥੋੜ੍ਹਾ ਟਾਈਮ ਸੀਗਾ, ਸੋ ਇਸ ਕਰਕੇ ਕੌਫੀ ਪੀ ਲਈ, ਮੈਂ ਕਿਹਾ ਫਸਟ ਕੌਫੀ ਇੰਜੋਏ ਕਰੀਏ ਲਿਸਬੋ ਦੀ, ਟਰਮੀਨਲ 2 ਦੀ ਏਅਰਪੋਰਟ 'ਤੇ। ਸੋ ਗੇਟ ਨੰਬਰ ਸ਼ੋ ਹੋਣ ਲੱਗ ਗਿਆ ਹੈਗਾ ਸਕਰੀਨ 'ਤੇ, ਅਤੇ ਹੁਣ ਚੱਲੀਏ ਨਾਲੇ ਗਿਫਟ ਗੁਫਟ ਵੀ ਆਪਾਂ ਲੈ ਲਈ ਡਿਊਟੀ ਫਰੀ ਤੋਂ। ਫਲਾਈਟ ਆਪਣੀ ਚੱਲ ਚੁੱਕੀ ਹੈ, ਅਤੇ ਆਉਣਾ ਪੈਸਾ ਚਾਹੀਦਾ, ਮੈਂ ਘੁੰਮ ਰਹੇ ਹਾਂ। ਸੋ ਤੁਹਾਨੂੰ ਜਾ ਕੇ ਲੈਂਟਰ ਜਾ ਕੇ ਲਗਾਉਂਦੇ ਹੈਗੇ ਹਾਂ, ਕਿਉਂਕਿ ਬੈਟਰੀ ਸੇਵ ਕਰਨੀ ਹੈ, ਸਾਰਾ ਦਿਨ ਕੁਛ ਨਾ ਕੁਛ ਕਰੀ ਜਾਣਾ ਹੈਗਾ, ਤਾਂ ਕਰਕੇ ਸਾਡੇ ਵਾਸਤੇ ਜਿਹੜੀ ਇੰਪੋਰਟੈਂਟ ਚੀਜ਼ ਹੋਊਗੀ ਉਹ ਤੁਹਾਨੂੰ ਦਿਖਾਊਂਗਾ ਜੀ। ਕਰਦੇ ਹਾਂ ਸਫ਼ਰ ਸ਼ੁਰੂ, ਆਪਣਾ ਤਾਂ ਬੜੀ ਪੈ ਗਈ ਹੈ। ਚਲੋ ਚੱਕੀਏ ਬੈਗ ਅਤੇ ਨਿਕਲੀਏ ਬਾਹਰ ਏਅਰਪੋਰਟ ਤੋਂ। ਚਲੋ ਉਹ ਖੜੀ ਹੈਗੀ ਆਪਣੀ ਫਲਾਈਟ, ਅਤੇ ਆਪਾਂ ਪਹੁੰਚ ਚੁੱਕੇ ਹੈਗੇ ਹਾਂ ਫਾਈਨਲੀ ਫਰਾਂਸ ਨੈਂਟਸ, ਅਤੇ ਹੁਣ ਆਪਾਂ ਚੱਲਦੇ ਏਅਰਪੋਰਟ ਤੋਂ ਬਾਹਰ, ਤਾਂ ਤੁਹਾਨੂੰ ਦਿਖਾਉਂਦੇ ਹਾਂ ਅੱਜ ਦਾ ਦਿਨ। ਲਓ ਜੀ, ਫਰਾਂਸ ਦੀਆਂ ਸੜਕਾਂ ਤੇ ਸਲੋ ਹੋਣੀ ਜਾਣ ਨੂੰ ਤਿਆਰ ਹੈ, ਸੀਟ ਬੈਲਟਾਂ ਲਾ ਲਈ।
ਲੋ ਜੀ ਰੱਖ ਕੇ ਬੈਗ ਬੂਗ ਤੇ ਹੁਣ ਆਪਾਂ ਆ ਰਹੇ ਹਾਂ, ਆਪਾਂ ਘੁੰਮ ਰਹੇ ਹੈਗੇ ਅਨੰਤ ਸ਼ਹਿਰ ਦੀਆਂ ਗਲੀਆਂ ਦੇ ਵਿੱਚ, ਸਟਰੀਟਾਂ ਦੇ ਵਿੱਚ। ਇਹ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਾਸਲ, ਅਤੇ ਤੁਸੀਂ ਵਿਊ ਦੇਖ ਸਕਦੇ ਹੋ, ਕਾਫੀ ਹੀ ਸੋਹਣਾ ਬਣਿਆ ਹੋਇਆ। ਜਸਟ ਨਿਕਲਿਆ ਹੀ ਹੈ, ਜਸਟ 5 ਮਿੰਟ ਦੀ ਵਾਕ ਕੀਤੀ ਹੈ। ਇਸ ਤੋਂ ਬਾਅਦ ਦੇਖੋ ਤੁਸੀਂ ਦੇਖ ਸਕਦੇ ਹੋ ਕਾਸਲ ਕਿੱਦਾਂ ਜ਼ਬਰਦਸਤ ਇਹਨਾਂ ਦਾ ਬਣਿਆ ਹੋਇਆ, ਤਾਂ ਤੁਹਾਨੂੰ ਦਿਖਾਉਂਦੇ ਹਾਂ। ਹੈਗੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਹੈਗੀਆਂ ਨੇ, ਅਤੇ ਤੁਸੀਂ ਦੇਖ ਸਕਦੇ ਹੋ। ਓ ਮਾਈ ਗੋਡ, ਬਲੀਵ ਨਹੀਂ ਕਰੋਗੇ। ਫਸਟ ਆਪਾਂ ਜਦੋਂ ਤੁਰੇ ਜਾਂਦੇ ਸੀਗੇ ਤੁਹਾਨੂੰ ਉੱਥੋਂ ਦਿਖਾਉਣਾ ਸ਼ੁਰੂ ਕੀਤਾ, ਕਾਫੀ ਵੱਡਾ ਸੀਗਾ। ਸੋ ਆਪਾਂ ਜਾਣਾ ਤਾਂ ਹੈਗਾ ਇਹਦੇ ਅੰਦਰ, ਬਟ ਥੋੜ੍ਹਾ ਜਿਹਾ ਪਲੈਨ ਥੋੜ੍ਹਾ ਡਿਫਰੈਂਟ ਹੈਗਾ। ਸੋ ਇਹ ਤੁਹਾਨੂੰ ਕਦੇ ਹੋਰ ਦਿਖਾਵਾਂਗੇ, ਬਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਬਰਦਸਤ ਹੈ। ਤੁਹਾਨੂੰ ਪਤਾ ਹਰੇਕ ਯੂਰੋਪ ਦੇ ਵਿੱਚ ਡਿਫਰੈਂਟ ਡਿਫਰੈਂਟ ਹਿਸਟਰੀ ਹੈਗੀ ਹੈ। ਸੋ ਤੁਸੀਂ ਦੇਖ ਸਕਦੇ ਹੋ ਮੇਰੇ ਮੈਂ ਕਿਹਾ ਸ਼ੂਟਿੰਗਾਂ ਹੋ ਰਹੀਆਂ ਨੇ ਸੈਂਟਰ ਦੇ ਵਿੱਚ, ਪਿੱਛੇ ਤੁਹਾਨੂੰ ਦਿਖਾਉਣੀ ਹੈਗੀ। ਸੋ ਧੁੱਪ ਬਹੁਤ ਹੈ, ਰੰਗ ਹੋ ਜਾਣਾ ਚੇਂਜ ਪੁਰਤਗਾਲ ਜਾਂਦੇ ਜਾਂਦੇ ਤੱਕ, ਬਟ ਸੈਂਟਰ ਦਾ ਆ ਕੇ ਨਜ਼ਾਰਾ ਹੀ ਬੜਾ ਆ ਰਿਹਾ। ਧੁੱਪ ਤਾਂ ਆਪਾਂ ਕੋਈ ਮੰਨਦਾ ਨਹੀਂ ਪਿਆ ਸਰੀਰ, ਕਿਉਂਕਿ ਜ਼ਬਰਦਸਤ ਮਾਹੌਲ ਹੈ, ਸਰੀਰ ਨੂੰ ਇੱਕ ਰਿਲੈਕਸ ਜਿਹਾ ਮਿਲਿਆ ਪਿਆ, ਅਤੇ ਇੱਕ ਜਿੱਦਾਂ ਹੁੰਦਾ ਨਹੀਂ ਐਨਰਜੀ ਆਈ ਹੋਈ ਹੈ ਕਿ ਆਹ ਬਈ ਵਾਕਿਆ ਮੈਂ ਕੰਟਰੀ, ਆਹ ਜਿਹੜੀ ਸਿਟੀ ਹੈ ਬੋਲਦੀ ਬਹੁਤ ਹੈ, ਅਤੇ ਇਹਨੂੰ ਕਹਿੰਦੇ ਨੰਤਸ, ਫਰਾਂਸ ਦਾ ਨੰਤਸ ਸ਼ਹਿਰ ਹੈ ਇਹ। ਸੋ ਹੁਣ ਆਪਾਂ ਖੜ੍ਹੇ ਹੋਏ ਹਾਂ ਚਰਚ ਦੇ ਸਾਹਮਣੇ। ਸੋ ਨੰਤਸ ਦੀ ਸ਼ਾਮ ਨੂੰ ਘੁੰਮਦੇ ਫਿਰਦੇ ਹਾਂ, ਤੁਸੀਂ ਦੇਖ ਸਕਦੇ ਹੋ ਟ੍ਰੈਮਾਂ ਚੱਲ ਰਹੀਆਂ ਨੇ, ਪਿੱਛੇ ਮੈਕਡੋਨਲਡਸ, ਉੱਥੇ ਬੱਚੇ ਪਲੇ ਕਰ ਰਹੇ ਆਪਦਾ। ਬਹੁਤ ਹੀ ਡਿਫਰੈਂਟ 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 ਸਿਟੀ ਹੈਗੀ ਹੈ, ਮਨ ਲੱਗ ਜਾਂਦਾ ਬੰਦੇ ਦਾ ਇੱਥੇ ਆ ਕੇ, ਤਾਂ ਦਿਖਾਉਣ ਵਾਸਤੇ ਬਹੁਤ ਹੀ ਕੁਛ ਹੈ। ਸੋ ਜਿਹੜੀ ਵੀ ਇੰਟਰਸਟਿੰਗ ਥਿੰਗ ਆ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ। ਅਤੇ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਆਹ ਸਾਰਾ ਸਕੁਅਰ ਭਰਿਆ ਹੋਇਆ, ਕਿੱਧਰ ਭਰਿਆ ਹੋਇਆ ਤੁਸੀਂ ਉੱਧਰ ਦੇਖ ਸਕਦੇ ਹੋ, ਉੱਧਰ ਭਰਿਆ ਹੋਇਆ। ਓ ਮਾਈ ਗੋਡ, ਟੂਰਿਸਟ ਹੁਣ ਨਿਕਲਿਆ ਹੈਗਾ, ਅਤੇ ਸਾਰੇ ਹੀ ਰੈਸਟੋਰੈਂਟ ਭਰੇ ਹੋਏ ਨੇ, ਸਾਰਾ ਕੁਛ ਤੁਸੀਂ ਦੇਖ ਸਕਦੇ। ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ, ਕਿਉਂਕਿ ਨੇੜੇ ਜਾਵਾਂਗੇ ਤਾਂ ਥੋੜ੍ਹਾ ਔਡ ਲੱਗੂਗਾ। ਸੋ ਤੁਹਾਨੂੰ ਭਰੇ ਹੋਏ ਰੈਸਟੋਰੈਂਟ ਦਿਖਾਉਂਦੇ, ਕਿੰਨਾ ਕੁ ਇੱਥੇ ਡਿਫਰੈਂਟ ਜਿਹਾ ਮਾਹੌਲ ਹੈ, ਲੋਕ ਸਾਰਾ ਬਾਹਰ ਆ ਕੇ ਖਾਣਾ ਪਸੰਦ ਕਰਦੇ ਆ। ਚਲੋ ਦਿਖਾਉਂਦੇ ਸਾਨੂੰ। ਮੈਂ ਇੱਥੇ ਥੋੜ੍ਹਾ ਜਿਹਾ ਡਿਫਰੈਂਟ ਨੋਟ ਕੀਤਾ ਹੈ, ਲੋਕ ਟਰੈਵਲ ਕਰਦੇ ਹੈ ਅਤੇ ਇਲੈਕਟ੍ਰਿਕ ਬਾਈਕ 'ਤੇ ਜਿਹੜੀਆਂ ਹੁੰਦੀਆਂ ਨੇ ਸਟੈਂਡ ਕਰਕੇ, ਅਤੇ ਜਿਨ੍ਹਾਂ 'ਤੇ ਬੈਟਰੀ ਲੱਗੀ ਹੁੰਦੀ ਹੈ, ਕੁਛ 'ਤੇ ਜਾਂ ਸਕੇਟਬੋਰਡ ਜਾਂ ਸਾਈਕਲ, ਅਤੇ ਬਹੁਤ ਹੀ ਜ਼ਿਆਦਾ ਡਿਫਰੈਂਟ ਲੱਗਿਆ ਮੈਨੂੰ ਆਹ ਮਾਹੌਲ ਪੁਰਤਗਾਲ ਦੇ ਨਾਲ। ਸੋ ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹਾ ਜਿਹਾ ਜਿਹੜਾ ਵੀ ਹੋ ਸਕੇ। ਸਾਈਕਲ ਤੁਸੀਂ ਦੇਖ ਸਕਦੇ, ਸਾਈਕਲ ਤਾਂ ਬਹੁਤ ਹੀ ਜ਼ਿਆਦਾ ਵਰਤੋਂ ਹੈ, ਤਾਂ ਵੀ ਸਾਫ਼ ਵੀ ਹੈਗੀ ਹੈ ਬਹੁਤ ਕੰਟਰੀ ਇਹ। ਓ ਮਾਈ ਗੋਡ, ਵਾਕਿਆ ਮੈਂ ਇਹ ਦੇਖਣ ਵਾਲੀ ਚੀਜ਼ ਹੈਗੀ ਹੈ ਨੈਂਥਸ ਸਿਟੀ। ਸੋ ਤੁਹਾਨੂੰ ਦਿਖਾਉਂਦੇ ਹਾਂ, ਲੈ ਕੇ ਚੱਲਦੇ ਤੁਹਾਨੂੰ ਅੱਗੇ, ਉਹ ਇੰਟਰਸਟਿੰਗ ਚੀਜ਼ਾਂ ਦੱਸਦੇ ਰਹਾਂਗੇ। ਪਿੱਛੇ ਬਿਲਡਿੰਗ ਦੇਖ ਰਹੇ ਹੋ, ਸੋ ਆਹ ਕਾਫੀ ਜ਼ਿਆਦਾ ਹੀ ਹਿਸਟੋਰੀਕਲ ਬਿਲਡਿੰਗ ਹੈਗੀ ਹੈ, ਮਾਡਰਨ ਬਿਲਡਿੰਗ ਹੈਗੀ ਹੈ। ਇੱਥੇ ਇਹਨਾਂ ਨੇ ਡਿਫਰੈਂਟ ਡਿਫਰੈਂਟ ਇਹਨਾਂ ਨੇ ਰੈਸਟੋਰੈਂਟ ਔਰਗਨਾਈਜ਼ ਕਰਨੇ ਸੀ, ਡਿਫਰੈਂਟ ਡਿਫਰੈਂਟ 'ਤੇ ਫਰੈਂਚਾਈਜ਼ੀਆਂ ਲਿਆਉਣੀਆਂ ਸੀ, ਡਿਫਰੈਂਟ ਡਿਫਰੈਂਟ, ਬਹੁਤ ਹੀ ਇਹਨਾਂ ਨੇ ਯੂਨੀਕ ਬਣਾਉਣਾ ਸੀਗਾ ਆਹ ਬਿਲਡਿੰਗ ਨੂੰ। ਬਟ ਜਿਹੜੇ ਕਿ ਆਹ ਸਾਰੇ ਓਲਡ ਓਨਰ ਨੇ, ਓਲਡ ਰੈਸਟੋਰੈਂਟ ਆ ਜਿਨ੍ਹਾਂ ਨੇ, ਪਰ ਉਹਨਾਂ ਨੇ ਸਟ੍ਰਾਈਕ ਕਰਤੀ ਸੀਗੀ, ਇਸ ਕਰਕੇ ਇੱਥੇ ਇਹਨਾਂ ਨੇ ਕੁਛ ਨਹੀਂ ਬਣਾਇਆ। ਬਟ ਹੁਣ ਸਿਰਫ ਆਹ ਬਿਲਡਿੰਗ ਦੇ ਵਿੱਚ ਔਫਿਸ ਹੈਗਾ, ਸੋ ਵਿਰੋਧ ਬਾੜਾ ਹੋਇਆ ਆਹ ਬਿਲਡਿੰਗ ਦਾ, ਨਹੀਂ ਤਾਂ ਇਹ ਬਿਲਡਿੰਗ ਇਹਨਾਂ ਨੇ ਮੇਨ ਸੀਗੀ ਬਿਲਡਿੰਗ ਇਸ ਸਿਟੀ ਦੀ, ਕਿ ਇੱਥੇ ਜਾ ਕੇ ਰੈਸਟੋਰੈਂਟ ਕਾਫੀ ਹੀ ਮਤਲਬ ਫਰੈਂਚਾਈਜ਼ੀਆਂ ਵੱਡੀਆਂ ਵੱਡੀਆਂ, ਸੋ ਕਾਫੀ ਵਰਲਡ ਦੇ ਵਿੱਚੋਂ, ਸੋ ਇਸ ਕਰਕੇ ਆਹ ਬਿਲਡਿੰਗ ਕਾਫੀ ਹੀ ਯੂਨੀਕ ਹੈਗੀ ਹੈ। ਹੁਣ ਸਿਰਫ ਆਫਿਸ ਇਹਦੇ ਵਿੱਚ, ਇੱਥੇ ਇੰਨਾ ਹੱਬ ਬਣ ਸਕਦਾ ਸੀਗਾ ਕਿ ਇੱਥੇ ਹੀ ਆ ਕੇ ਸਾਰਾ ਕੁਛ ਇੱਥੇ ਹੀ ਆ ਕੇ ਚੱਲਦਾ, ਸਭ ਤੋਂ ਮੇਨ ਮੇਨ ਕੰਪਨੀਆਂ ਯੂਰੋਪ ਦੀਆਂ, ਵਰਲਡ ਦੀਆਂ ਕੰਪਨੀਆਂ ਇਸ ਬਿਲਡਿੰਗ ਦੇ ਵਿੱਚ ਹੋਣੀਆਂ ਸੀਗੀਆਂ। ਬਟ ਹੁਣ ਕੁਛ ਨਹੀਂ ਹੈਗਾ, ਹੁਣ ਸਿਰਫ ਆਫਿਸ ਆਫਿਸ ਨੇ। ਸੋ ਆਹ ਚੀਜ਼ਾਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਜਿਹੜੀਆਂ ਪਤਾ ਲੱਗਦੀਆਂ ਪਈਆਂ, ਉਹ ਤੁਹਾਨੂੰ ਦੱਸਣਾ ਜ਼ਰੂਰੀ ਹੈਗਾ। ਸੋ ਚੱਲਦੇ ਹਾਂ ਅੱਗੇ, ਚੱਲ। ਸੋ ਸ਼ਾਮ ਹੋ ਚੁੱਕੀ ਹੈ, ਨਦੀ ਕਿਨਾਰੇ ਤੁਰ ਰਹੇ ਹੈਗੇ ਹਾਂ। ਓ ਮਾਈ ਗੋਡ, ਤੁਸੀਂ ਬਿਲੀਵ ਨਹੀਂ ਕਰੋਗੇ, ਜਗ੍ਹਾ ਬਣਾਈਆਂ ਹੋਈਆਂ ਛੋਟੀਆਂ ਛੋਟੀਆਂ ਆਪਦੇ ਮਤਲਬ ਲੈ ਕੇ ਆਏ ਹੋਏ ਹੈ ਲੋਕੀ, ਵੀਰਾਂ ਪੂਰਾਂ ਸਿੱਧੀ ਗੱਲ ਹੈ, ਇਹਦੇ ਇੰਜੋਏ ਕਰ ਰਹੇ ਨੇ, ਅਤੇ ਮੌਸਮ ਵੀ ਬਹੁਤ ਵਧੀਆ। ਸੋ ਰਿਵਰ ਦੀ ਸਾਈਡ 'ਤੇ ਬਹਿ ਕੇ ਲੋਕ ਆਪਦਾ ਫੰਕਸ਼ਨ ਕਰ ਰਹੇ। ਸੋ ਤੁਸੀਂ ਦੇਖ ਸਕਦੇ ਹੋ, ਵਾਹ